सारियां नूं प्यार भरी सति श्री अकाल। अज आपां ने जी बनाउणी आ कोल्ड कॉफी, जिहदे लई आपां नूं चाहीदा चॉकलेट सिरप। इस लई पहलां आपां उह तैयार करांगे क्योंकि उह कॉफी दे विच पऊगा, ते बाद विच आपां कॉफी बनावांगे। जिहदे लई आपां ने अद्धा कप चीनी दे लिया, चार चम्मच कोको पाउडर दे लए ने, ते एक कप लिया पानी दा। लओ जी पैन आपां ने रख लिया गैस ते, गैस ऑन करता। सब तो पहला आपां पावांगे इहदे विच पानी, नाल ही नाल इहदे विच कोको पाउडर पा देना। हुण इहनूं चंगी तरह मिक्स कर लो। अम्मी जी, जे पानी ज़्यादा गर्म हो गया फिर गट्ठा बन जांदियां? हाँ, गट्ठ पै जांदी है फिर, क्योंकि इह बहुत ज़्यादा बरीक हुंदा ना। हाँ जी, जिवें मैदा हुंदा, आपां मैदा सिटदे आ, चौल सिटदे आ, बरीक उहदियां वी छेती गट्ठा पै जांदियां ने विच। इस करके नूं ठंडे दे विच ही पा लो। चीनी आपां उदों पाउणी आ जदों इह थोड़ा जिहा उबलण लग गया, ठीक है? क्योंकि जे पहलां पाती तां फिर इह ज़्यादा ही चीकना जिहा हो जाऊगा, जम्मण जिहा लग जांदा फिर उहदे नाल। लओ जी चॉकलेट पाए तो आपणा पानी बिल्कुल रिझण लग गया। हुण इहदे विच पा देणी आपां ने चीनी। हुण इहनूं लगातार हिलाई जाओ, चीनी नीचे ना लगे। अम्मी जिन्हों तुसीं इह कोको पाउडर नहीं कहा है, तो मैनूं इह गल याद आ गई। हाँ, असीं सीगे मैं ते ठाकुर सिंह फ्रैशको, पता नहीं कितने शॉपिंग करते हुए, ग्रोसरी लेंदे सीगे असीं बाहर कैनेडा। अच्छा, ते उत्थे असीं ठाकुर सिंह करी आवे जी, कोको पाउडर लभ्या नहीं सानू। उन्होंने आइलां चेंज करते सी। ठाकुर सिंह उत्थे पुछण लग गया गोरी नूं वी जी कोको पाउडर कित्थे आ। उह कहिंदी वी असीं तां कोई कोको पाउडर रखदे नहीं हैगे। उह कहिंदा वी मैं तां लै के जांदा वां। ਉਹਨੇ ਫਿਰ ਸਮਝਾਤਾ ਵੀ ਇੱਦਾਂ ਦੇ ਕੈਨ ਜੇ ਚਾਉਂਦਾ ਉਹ, ਤੇ ਉਹ ਗੋਰੀ ਉਹਨੂੰ ਮਤਲਬ ਕਿ ਲੈ ਗਈ ਵੀ ਆਹ ਅਭੀ ਦੀ ਯੂ ਮੀਨ ਦਿਸ ਵਨ। ਉਹ ਕਹਿੰਦਾ ਹਾਂ ਹਾਂ ਵੀ ਇਹੀ ਆ ਕੋਕੋ ਪਾਊਡਰ। ਉਹ ਕਹਿੰਦੀ ਨੋ ਇਟਸ ਕੋਕੋਆ ਪਾਊਡਰ, ਵੀ ਇਹਦੇ ਸਪੈਲਿੰਗ ਕੋਕੋਆ ਨੇ, ਕੋਕੋਆ ਪਾਊਡਰ। ਆਪਣੇ ਸਾਰੀ ਉਰੇ ਕੋਕਾ ਜਿੰਨੇ ਵੀ ਮੈਂ ਦੇਖਿਆ ਯੂਟਿਊਬ 'ਤੇ ਔਨਲਾਈਨ, ਸਾਰੇ ਕੋਕੋ ਕਹਿੰਦੇ ਆ। ਮੈਂ ਵੀ ਕੋਕੋ ਹੀ ਕਹਿੰਦਾ, ਚੋਕਲੇਟ ਕਰ ਰਿਹਾ ਕੋਕੋ ਹੀ ਨਿਕਲਦਾ ਨਹੀਂ, ਕੋਕੋ ਬੀਨ ਹੁੰਦ੿ਆਂ ਨੇ ਉਹ, ਪਰ ਇਹ ਕੋਕੋਆ ਪਾਊਡਰ ਕਹਿੰਦੇ ਨੇ ਗੋਰੇ। ਬਹੁਤ ਉਹ ਕਹਿੰਦੇ ਵੀ ਕੋਕੋ ਉਹਨਾਂ ਨੂੰ ਸਮਝ ਨਹੀਂ ਆਉਂਦੀ, ਫਿਰ ਉਹ ਲੈ ਕੇ ਆਈ ਵੀ ਇੰਨਾ ਜ਼ਿਆਦਾ ਸਾਨੂੰ ਹਾਸਾ ਆਇਆ, ਨਾਲੇ ਸਾਨੂੰ ਥੋੜ੍ਹੀ ਸੰਗ ਜੀ ਵੀ ਲੱਗੀ, ਪਰ ਅਸੀਂ ਕਿਹਾ ਅਸੀਂ ਤਾਂ ਹੀ ਕਹਿੰਦੇ ਹਾਂ ਕੋਕੋ ਵੀ ਕਹਿੰਦੇ ਹਾਂ ਆਪਾਂ, ਇਹ ਕਦੇ ਪਿੱਛੇ ਪੜ੍ਹੀ ਹੋਈ ਨਹੀਂ। ਹਾਂਜੀ ਮੰਮੀ ਜੀ, ਮੈਂ ਨਾ ਅਸਾਈਨਮੈਂਟ ਬਣਾਈ ਸੀਗੀ BBA ਦੇ ਫਸਟ ਈਅਰ ਦੇ ਵਿੱਚ, ਮੈਂ ਪੂਰੀ ਅਸਾਈਨਮੈਂਟ ਦੇ ਵਿੱਚ ਵੀ ਕੋਕੋ ਹੀ ਲਿਖਤਾ ਸੀਗਾ, ਮੈਨੂੰ ਹੁਣ ਪਤਾ ਲੱਗਿਆ ਗਾ ਵੀ ਇਹਦੇ ਨਾਲ ਇਹ ਵੀ ਹੁੰਦੀ ਹੈਗੀ। ਚੰਗੀ ਵਧੀਆ ਤੇਰੀ ਟੀਚਰ ਸੀਗੀ ਜਿਹਨੇ ਇੰਨੇ ਨੰਬਰ ਦੇ ਦਿੱਤੇ। ਉਹ ਇੰਡੀਅਨ ਸੀ, ਉਹਨੂੰ ਵੀ ਨਹੀਂ ਪਤਾ ਸੀ ਇਹਦੇ ਸਪੈਲਿੰਗ ਕੋਕੋ ਦੇ ਕੋਕੋ ਦੇ। ਹੋ ਸਕਦਾ ਉਹਨਾਂ ਨੇ ਤਰਸ ਕਰ ਲਿਆ ਹੋਵੇ ਫਸਟ ਈਅਰ ਆ ਵੀ ਕਾਹਨੂੰ ਇੰਨਾ ਉਹ ਕਰਨਾ ਗਾ। ਨਹੀਂ, ਸਾਰੇ ਕਹਿੰਦੇ ਉਹਨੂੰ ਪਤਾ ਹੀ ਨਹੀਂ ਹੋਣਾ ਉਹਨੂੰ। ਹੋ ਸਕਦਾ ਕੋਕੋ ਪਾਊਡਰ ਵੀ ਹੁੰਦਾ ਹੋਵੇ, ਪਰ ਜਿਹੜਾ ਅਸੀਂ ਯੂਜ਼ ਕਰਦੇ ਸੀਗੇ ਉਹ ਕੋਕੋਆ ਸੀਗਾ, ਮਤਲਬ ਕਿ ਗੋਰੀ ਤੋਂ ਸਾਨੂੰ ਪਤਾ ਲੱਗਿਆ ਵੀ ਇੱਕ ਕੋਕੋਆ ਹੁੰਦਾ ਕੋਕੋਆ। ਜੇ ਮੇਰੇ ਮੈਡਮ ਮੇਰੀ ਵੀਡੀਓ ਦੇਖਦੇ ਹੋਏ ਕਿਤੇ ਮੇਰੇ ਹੁਣ ਨੰਬਰ ਨਾ ਕੱਟ ਦੇਣ, ਤੁਸੀਂ ਮੇਰੇ ਮੈਡਮ ਨੂੰ ਕੁਛ ਨਹੀਂ ਕਹਿਣਾ। ਕਹਿਣਾ ਹੀ ਬਹੁਤ ਔਖਾ, ਕੋਕੋਆ ਕੋਕੋਆ ਕੋਕੋ ਕੋਕੋ ਸਿੱਧਾ ਕੋਕੋ ਕੋਕੋ। ਮੈਨੂੰ ਅੱਜ ਪਤਾ ਲੱਗੀ ਹੈ। ਅਮੀ ਜੀ ਕੋਕੋ ਵਾਲੀ ਕਹਾਣੀ ਹੁੰਦੀ ਸੀ ਨਾ, ਕੋਕੋ ਦੇ ਬੱਚੇ ਕੁਛ ਐਂ ਹੁੰਦਾ ਸੀ। ਹਾਂ, ਕੋਕੋ ਲੈ ਗਈ ਜਿਹੜੀ ਚੀਜ਼, ਆਪਾਂ ਜਵਾਕਾਂ ਨੂੰ ਕਹਿੰਦੇ ਹੁੰਦੇ ਛੋਟੇ ਹੁੰਦੇ, ਇਹਨੂੰ ਕਹਿੰਦੇ ਹੁੰਦੇ ਸੀ ਆਹ ਚੀਜ਼ ਕਿੱਥੇ ਗਈ ਹੈ ਨਾ, ਉਹ ਕਹਿੰਦੇ ਕੋਕੋ ਲੈ ਗਈ, ਕੋਕੋ ਲੈ ਗਈ, ਕੋਕੋ ਕਹਿ ਰਹੇ ਹੁੰਦੇ। ਕੋਕੋ ਹੁੰਦੀ ਕੀ ਹੁੰਦੀ? ਭਾਬੀ ਨੇ ਕਹਿਣਾ ਆ ਗਈ ਕੋਕੋ, ਉਹਨੇ ਇੰਨਾ ਡਰ ਕੇ ਸੁੱਕ ਕੇ ਸੌ ਜਾਣਾ। ਸਿਰਫ ਪੂਰੀਆਂ ਬਾਲੀਆਂ ਮਾਰ ਰਿਹਾ ਇਹਨੂੰ, ਘੱਟੋ ਘੱਟ 5-6 ਮਿੰਟ ਦਾ ਰਵੀ ਪਕਾਉਣਾ ਪੈਂਦਾ, ਫਿਰ ਉਹ ਚੰਗੀ ਤਰ੍ਹਾਂ ਕੁੱਕ ਹੋ ਜਾਂਦਾ, ਫਿਰ ਐਨ ਹੋ ਜਾਂਦਾ ਨਾ, ਡਾਰਕ ਬਣ ਜਾਂਦਾ ਵਧੀਆ ਗਾੜਾ, ਨਹੀਂ ਫਿਰ ਪਤਲਾ ਜਿਹਾ ਪਾਣੀ ਜਿਹਾ ਹੀ ਰਹਿ ਜਾਂਦਾ, ਪਿਆ ਪਿਆ ਹੋਰ ਵੀ ਗਾੜਾ ਹੋ ਜਾਂਦਾ। ਮੰਮੀ ਜੀ, ਆਪਾਂ ਚੋਕਲੇਟ ਦੀ ਰੈਸਪੀ ਵੀ ਸ਼ੇਅਰ ਕਰ ਸਕਦੇ ਹਾਂ ਨਾ ਜੀ? ਹਾਂ, ਬਣਾ ਦੀ, ਖਾਣ ਵਾਲੇ ਤਾਂ ਹੈਗੇ ਆਪਾਂ ਬਹੁਤ ਜਾਣੇ। ਮੰਮੀ ਜੀ, ਆਪਾਂ ਹਰ ਵਾਰੀ ਘਰੇ ਬਣਾਉਣੇ ਹੁੰਦੇ ਹਾਂ ਨਾ ਜੀ ਆਹ? ਹਾਂ, ਕਿਉਂਕਿ ਦੁੱਧ ਦੰਦ ਵਿੱਚ ਪਾ ਕੇ ਵੀ ਪੀ ਲੈਂਦੇ ਨੇ ਬੱਚੇ। ਚੋਕਲੇਟ ਸਿਰਪ ਆਪਣਾ ਤਿਆਰ ਹੈ ਜੀ। ਹੁਣ ਆਪਾਂ ਨੇ ਬਣਾਉਣੀ ਆ ਕੋਲਡ ਕੌਫੀ, ਜਿਹਦੇ ਲਈ ਆਪਾਂ ਨੇ 1/4 ਕਿਲੋ ਦੁੱਧ ਲਿਆ, 1/2 ਕੱਪ ਚੀਨੀ ਦਾ ਲਿਆ ਆਪਾਂ ਨੇ, ਇਹ ਆ ਕੌਫੀ, ਇਹ ਆ ਥੋੜ੍ਹਾ ਜਿਹਾ ਕੋਸਾ ਪਾਣੀ ਗੁਣਗੁਣਾ ਜਿਹਾ, ਜਿਹਦੇ ਵਿੱਚ ਆਪਾਂ ਨੇ ਕੌਫੀ ਘੋਲਣੀ ਆ। ਹਾਂਜੀ, ਆਪਾਂ ਕੌਫੀ ਬਣਾਉਣ ਲਈ ਕੋਸਾ ਪਾਣੀ ਲੈ ਲਿਆ, ਇਹਦੇ ਵਿੱਚ 4 ਚਮਚ ਕੌਫੀ ਦੇ ਘੋਲ ਲੈਣੇ ਨੇ। ਇਹਨੂੰ ਚੰਗੀ ਤਰ੍ਹਾਂ ਘੋਲ ਲਓ। ਲਓ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਓ। ਜੇ ਤੁਸੀਂ ਜ਼ਿਆਦਾ ਠੰਡੀ ਪੀਣੀ ਆ ਤਾਂ ਤੁਸੀਂ ਇਹਦੇ ਵਿੱਚ ਬਰਫ਼ ਵੀ ਪਾ ਸਕਦੇ ਹੋ, ਕਿਉਂਕਿ ਕੋਲਡ ਕੌਫੀ ਹੈ, ਠੰਡੀ ਹੋਈ ਜ਼ਿਆਦਾ ਵਧੀਆ ਲੱਗਦੀ ਆ। ਲਓ ਜੀ ਆਪਣੀ ਕੋਲਡ ਕੌਫੀ ਤਿਆਰ ਆ। ਹੁਣ ਜੀ ਅਸੀਂ ਚੋਕਲੇਟ ਸਿਰਪ ਨਾਲ ਗਲਾਸ ਨੂੰ ਡੈਕੋਰੇਟ ਕਰਾਂਗੇ। ਅਸੀਂ ਚੋਕਲੇਟ ਸਿਰਪ ਬਣਾ ਕੇ ਇਹਨੂੰ ਕੰਟੇਨਰ ਦੇ ਵਿੱਚ ਕੱਢ ਲਿਆ ਸੀ ਠੰਡਾ ਕਰਕੇ।
ਦੇਖੋ ਜੀ ਵੀਡੀਓ ਬਣਾਉਂਦੇ ਬਣਾਉਂਦੇ ਜਿਹੜੀ ਇੰਜ ਕੈਮਰੇ ਜਿਹੀ ਦੇਖਦੇ ਆ ਕਈ ਵਾਰ ਇਦਾਂ ਵੀ ਹੋ ਜਾਂਦਾ ਸਾਡਾ ਕਰਦੇ ਸੀ ਤੇ ਜੱਗ ਟੁੱਟ ਗਿਆ ਥੱਲਿਓ ਇਹ ਬਹੁਤ ਪੁੱਛਦੇ ਸੀ ਵੀ ਜੱਗ ਕਿੱਥੋਂ ਲਿੱਤਾ ਕਿਵੇਂ ਲਿੱਤਾ ਇਹ ਅੱਜ ਬਸ ਹੁਣ ਇਹਦਾ ਕੰਮ ਖਤਮ ਹੋ ਗਿਆ ਵੀ ਦਿਖਾਇਓ ਕੀ ਹੋਇਆ ਥੱਲੇ ਮਾੜਾ ਜਿਹਾ ਖਤਮ ਨਹੀਂ ਹੋਇਆ ਇਹਦੀ ਵਾਸ਼ਲ ਟੁੱਟ ਗਈ ਵਾਸ਼ਲ ਟੁੱਟ ਗਈ ਆਹ ਦੇਖੋ ਸਾਡੀ ਕੌਫੀ ਮੇਰੀ ਕੌਫੀ ਟੁੱਟ ਗਈ ਆਹ ਦੇਖੋ ਨਿਕਲ ਗਿਆ ਥੱਲੇ ਖੁੱਲ ਗਿਆ ਟੁੱਟਿਆ ਕੁਛ ਨਹੀਂ ਖੁੱਲ ਗਿਆ ਚਲੋ ਠੀਕ ਆ ਬਚਾ ਸ਼ੁਕਰ ਆ ਬਚਾ ਹੋ ਗਿਆ ਖੁੱਲ ਗਿਆ ਤੇ ਦੇਖ ਲਓ ਕੌਫੀ ਆਈ ਹੋਈ ਕਈ ਵਾਰ ਰੋਜ਼ ਪੁੱਛਦੇ ਸੀ ਬਹੁਤ ਸਾਰੇ ਵੀ ਕਿੱਥੋਂ ਲਿਆ ਭੈਣ ਜੀ ਇਹ ਲਿਆ ਸੀ ਜੀ ਖੰਨੇ ਤੋਂ ਅੱਜ ਇਹਨੇ ਕਾਰਨਾਮਾ ਕਰਤਾ ਤੁਹਾਨੂੰ ਦਿਖਾਤਾ ਫਟਾਫਟ ਫਰਾਈ ਪੈਨ ਚੱਕਿਆ ਫਟਾਫਟ ਫਰਾਈ ਪੈਨ ਚੱਕਿਆ ਤੇ ਉਹਦੇ ਵਿੱਚ ਕੌਫੀ ਸਿੱਟੀ ਆ ਹੁਣ ਹੁਣ ਸਾਡੀ ਥੋੜੇ ਜਿਹਾ ਵਿਊ ਜੇ ਜੱਗ ਚ ਪਾ ਕੇ ਕਰੀ ਕਿ ਐਵੇਂ ਕਰ ਲਈ ਹੁਣ ਫਰਾਈ ਪੈਨ ਚ ਕਰ ਲਈ ਜੱਗ ਸੋਹਣੀ ਲੱਗਦੀ ਆ ਦੁਬਾਰਾ ਨਿਕਲਿਆ ਬਸ ਤਾਂ ਆਪਾਂ ਨਾ ਹੁਣ ਹੀ ਨਿਕਲਦਾ ਹੁਣ ਅਸੀਂ ਸਫਾਈ ਕਰਕੇ ਦੁਬਾਰਾ ਸ਼ੁਰੂ ਕਰਦੇ ਹਾਂ ਜੀ ਐਵੇਂ ਗੰਦਾ ਜਿਹਾ ਵਧੀਆ ਨਹੀਂ ਲੱਗਣਾ ਹੈਗਾ ਇਹ ਆ ਜੀ ਚੋਕਲੇਟ ਚਿਪਸ ਜੇਕਰ ਤੁਸੀਂ ਇਹ ਵੀ ਪਾਉਣਾ ਚਾਹੁੰਦੇ ਹੋ ਕੌਫੀ ਵਿੱਚ ਪਾ ਸਕਦੇ ਹੋ ਬੱਚੇ ਇਹਨਾਂ ਨੂੰ ਬਹੁਤ ਲਾਈਕ ਕਰਦੇ ਆ ਤੁਸੀਂ ਇਹਦੇ ਵਿੱਚ ਚੋਕਲੇਟ ਪਾਊਡਰ ਵੀ ਪਾ ਸਕਦੇ ਹੋ ਇਹਦੇ ਨਾਲ ਵਧੀਆ ਲੱਗਦੀ ਆ ਉੱਪਰੋਂ ਡੈਕੋਰੇਟ ਕੀਤੀ ਹੋਈ ਲਓ ਜੀ ਆਪਣੇ ਹੋ ਗਏ 4 ਗਲਾਸ ਰੈਡੀ ਟੂ ਗੋ ਪਏ ਵਾਲੇ ਘੰਟ ਲੱਗਦੇ ਆ ਅਤੇ ਅਨਫੋਰਚੁਨੇਟਲੀ ਜਿਹੜਾ ਡੁੱਲ ਗਿਆ ਉਹਦੇ ਨਾਲ ਥੋੜ੍ਹੀ ਝੱਗ ਮਰ ਗਈ ਅਤੇ ਕੌਫੀ ਵੀ ਥੋੜ੍ਹੀ ਘੱਟ ਗਈ ਬਟ ਫਿਰ ਵੀ ਸਰ ਜਾਣਾ ਆਪਣਾ ਵਧੀਆ ਅਤੇ ਹੁਣ ਇਹਨੂੰ ਬਸ ਹੁਣ ਪੀਣ ਦੀ ਤਿਆਰੀ ਕਰਦੇ ਨੇ ਉੱਧਰ ਬੈਠੇ ਨੇ ਸਜੇ ਧਜੇ ਕਰਦੇ ਕਿਉਂਕਿ ਉਹ ਡੁੱਲਣ ਕਰਕੇ ਸਫਾਈ ਸਫੂਈ ਦਾ ਕੰਮ ਵੱਧ ਗਿਆ ਤਾਂ ਕਰਕੇ ਥੋੜ੍ਹਾ ਟਾਈਮ ਲੱਗ ਗਿਆ ਬਟ ਛੋਟੇ ਛੋਟੇ ਚੈਨਲ ਉੱਪਰ ਐਸੀ ਬੜੀ ਬੜੀ ਬਾਤੇਂ ਹੁੰਦੀ ਰਹਿਤੀ ਹੈ ਤੁਹਾਡੇ ਵੀ ਇਹੀ ਖਬਰਾਂ ਚੱਲਦੀਆਂ ਰਹਿੰਦੀਆਂ ਨੇ ਕਿ ਚੀਨ ਪਾਣੀ ਪਤਾ ਨਹੀਂ ਕੀ ਲਿਖਿਆ ਹੋਇਆ ਪਾਣੀ ਮੇ ਬਣਾਏਗਾ ਚੀਨ ਜੇ ਉਹ ਦੇਖੋ ਕੀ ਕੁਛ ਪਤਾ ਨਹੀਂ ਕਿਹੜੀਆਂ ਫਿਲਮਾਂ ਦੀਆਂ ਚੱਕ ਚੱਕ ਕੇ ਫੁਟੇਜ ਪਾਈ ਜਾਂਦੇ ਆ ਅਤੇ ਲੋਕਾਂ ਨੂੰ GDP ਤੋਂ ਧਿਆਨ ਹਟਾਈ ਜਾਂਦੇ ਆ ਲੋਕਾਂ ਦਾ ਜਿਹੜੀ ਕਿ ਬਹੁਤ ਮਾੜੀ ਚੱਲ ਰਹੀ ਆ ਅਤੇ ਇੱਧਰ ਹੁਣ ਆਪਣੇ ਬੱਚੇ ਆ ਚੁੱਕੇ ਨੇ ਜੀ ਪ੍ਰਸ਼ਾਦਾ ਪਾਣੀ ਹੈਗਾ ਅੱਜ ਕੌਫੀ ਅੱਜ ਡਿਫਰੈਂਟ ਕੀਤਾ ਥੋੜ੍ਹਾ ਅਤੇ ਕੋਲਡ ਕੌਫੀ ਬਣਾਈ ਆ ਜਦੋਂ ਤਾਂ ਆਮ ਤੌਰ 'ਤੇ ਤਾਂ ਦੂਜੀ ਕੌਫੀ ਬਣਾਉਂਦੇ ਹਾਂ ਨਾ ਵੀ ਆਪਾਂ ਕੋਲਡ ਕੌਫੀ ਬਹੁਤ ਘੱਟ ਬਣਦੀ ਹੈ ਦੂਜੀ ਪਸੰਦ ਕਰਦੇ ਆ ਜ਼ਿਆਦਾ ਬਟ ਅੱਜ ਗਰਮੀ ਵੀ ਸੀਗੀ ਥੋੜ੍ਹਾ ਹਿਊਮਸ ਉਹਦੇ ਕਰਕੇ ਬਣਾ ਲਈ ਅਤੇ ਦੇਖ ਲਿਆ ਮੰਦਰਾ ਜੀ ਇਸ ਤਰ੍ਹਾਂ ਕਿਵੇਂ ਓਏ ਲੱਗਦੀ ਤਾਂ ਕੌੜੀ ਆ ਨਵੇਂ ਬੰਦੇ ਨੂੰ ਤਾਂ ਕੌੜੀ ਲੱਗਦੀ ਜਦੋਂ ਮੈਂ ਬਾਹਰ ਗਈ ਸੀ ਮੈਨੂੰ ਬੜੀ ਕੌੜੀ ਲੱਗਦੀ ਸੀ ਭੂਆ ਨੇ ਮੈਕਡੋਨਲਡ ਤੋਂ ਲੈ ਲੈਣੀ ਕਈ ਵਾਰੀ ਹਾਂਜੀ ਬੜੀ ਕੌੜੀ ਬੇਟਾ ਇਹਨਾਂ ਨੂੰ ਸਵਾਦ ਬਾਰੇ ਕੀ ਪਤਾ ਨਾਲੇ ਡੈਡੀ ਨੂੰ ਤਾਂ ਕੌੜੀ ਤੋਂ ਕੋਈ ਫਰਕ ਨਹੀਂ ਮੈਂ ਤਾਂ ਲੈਣ ਦਾ ਕਈ ਕੌੜੀਆਂ ਚੀਜ਼ਾਂ ਲਿਖੀਆਂ ਵਧੀਆ ਜੀ ਕਿਵੇਂ ਲੱਗੀ ਮਹਾਰਾਜ ਵਧੀਆ ਸਵਾਦ ਹੈ ਜਾਣੀ ਪਰ ਚੋਕਲੇਟ ਕਰਕੇ ਥੋੜ੍ਹਾ ਦੂਆ ਟੇਸਟ ਆਉਂਦਾ ਕੌੜੀ ਚੋਕਲੇਟ ਕਰਕੇ ਕੌਫੀ ਦਾ ਟੇਸਟ ਆਉਂਦਾ ਬਾਹਰ ਮੁੰਡੇ ਵੀ ਇੰਨੀਆਂ ਕੌੜੀਆਂ ਪੀਂਦੇ ਨੇ ਜਿਹੜੀ ਡਬਲ ਡਬਲ ਟ੍ਰਿਪਲ ਟ੍ਰਿਪਲ ਹੁੰਦੀ ਜ਼ਿਆਦਾ ਸ਼ਿਫਟਾਂ ਲਾਉਂਦੇ ਨੇ ਟਰੱਕ ਚਲਾਉਣਾ ਹੁੰਦਾ ਉਹ ਪੂਰੀ ਕੈੜੀ ਹੁੰਦੀ ਹੈ ਇਹਦੇ ਨਾਲ ਨੀਂਦ ਨਹੀਂ ਆਉਂਦੀ ਫਿਰ ਉਹ ਤਾਂ ਫਿਰ ਬਸ ਕਰਾਉਂਦੇ ਵੈਸੇ ਵੀ ਕਹਿੰਦੇ ਰਾਤ ਨੂੰ ਸੌਣ ਤੋਂ 8-10 ਘੰਟੇ ਪਹਿਲਾਂ ਪੀਣੀ ਨਹੀਂ ਚਾਹੀਦੀ ਹੈਗੀ ਆਪਾਂ ਤਾਂ ਕਰਕੇ ਅਸੀਂ ਤਾਂ ਸਵੇਰੇ ਪੀ ਰਹੇ ਹਾਂ ਮੈਨੂੰ ਤਾਂ ਬਹੁਤ ਨੀਂਦ ਆ ਜਾਂਦੀ ਹੁੰਦੀ ਹੈ ਮੈਂ ਤਾਂ ਪੀਣ ਸਾਰੀ ਸੌਂਸ ਹੋ ਜਾਂਦੀ ਹੁੰਦੀ ਹੈ ਮੈਂ ਕੌਫੀ ਦਾ ਬਹੁਤ ਸ਼ੌਕੀਨ ਹਾਂ ਜਦ ਵੀ ਛੁੱਟੀ ਆਉਂਦਾ ਸੀਗਾ ਹੁਣ ਵੀ ਕੰਟੀਨ 'ਚੋਂ 1-2 ਡੱਬੀ ਲਿਆਉਂਦਾ ਹੀ ਰਹਿੰਦਾ ਕੌਫੀ ਠੀਕ ਆ ਵਧੀਆ ਚੀਜ਼ ਆਉਂਦਾ ਤੇਰੀ ਮੰਮੀ ਗੁੱਸੇ ਹੋ ਜਾਂਦੇ ਵੀ ਇੰਨੀ ਲੋਕ ਕੌਫੀ ਕੀ ਕਰਨੀ ਆ ਪਰ ਇੱਕ ਗੱਲ ਦੀ ਗੱਲ ਮੰਦਰਾਜ ਜਿਹੜੀ ਵਿਆਹਾਂ ਵਾਲੀ ਕੌਫੀ ਹੁੰਦੀ ਆ ਉਹਦਾ ਕੋਈ ਮੁਕਾਬਲਾ ਨਹੀਂ ਉਹ ਪਤਾ ਨਹੀਂ ਕਿਵੇਂ ਬਣਾਉਂਦੇ ਆ ਝੱਗ ਜੀ ਵਾਲਾ ਜੱਗ ਦੇ ਵਿੱਚ ਪਾ ਕੇ ਹਨਾ ਹਾਂ ਚੰਗੀ ਮਸ਼ੀਨ ਉੱਤੇ ਜਿਹੜਾ ਪਾਊਡਰ ਆ ਭੁੱਕਦੇ ਜਿਹੜਾ ਉਹ ਮਿੱਠਾ ਕਮਾਲ ਦੀ ਚੀਜ਼ ਬਾ ਕਮਾਲ ਬਾ ਕਮਾਲ ਲਾਜਵਾਬ ਵੀ ਬਾਹਰ ਪੀਤੀਆਂ ਟਿਮ ਹੋਟਨ ਸਟਾਰਬਕ ਇਹ ਉਹ ਦੇਖਿਆ ਬਟ ਉਹ ਵਾਲੀ ਜਿਹੜੀ ਵੇਲੇ ਆਪਣੇ ਵਿਆਹਾਂ ਤੇ ਸੌਰੀ ਹੁੰਦੀ ਆ ਉਹਦਾ ਬਾਲੀ ਵਧੀਆ ਹੁੰਦੀ ਆ ਮਿੰਟੋ ਮਿੰਟੀ ਝੱਗ ਜੀ ਸਿਲੰਡਰ ਫਟ ਵੀ ਜਾਂਦੇ ਉਹਨਾਂ ਨਾਲ ਹਾਂ ਫਟ ਵੀ ਜਾਂਦੇ ਫਟ ਵੀ ਜਾਂਦੇ ਅਸੀਂ 4-5 ਕੌਫੀਆਂ ਪੀ ਲਈਆਂ ਨੇ ਵਿਆਹ 'ਚ ਬਹੁਤ ਪੀ ਲਈਆਂ ਅੱਜ ਮੈਂ ਇੱਕ ਵੀਡੀਓ ਦੇਖੀ ਕਿਸੇ ਨੇ ਪਾਈ ਸੀ ਉਹ ਕੌਫੀ ਬਣਾ ਕੇ ਮੈਂ ਉਹਨਾਂ ਨੂੰ ਮਸ਼ੀਨ ਆ ਉੱਤੇ ਤੁਹਾਡੀ ਫੋਟੋ ਪ੍ਰਿੰਟ ਕਰ ਦਿੰਦੇ ਆ ਜੇ ਉਹਨਾਂ ਨੂੰ ਫੋਟੋ ਦਵੋ ਆਪਣੀ ਤੁਹਾਡੀ ਕੌਫੀ ਦੇ ਉੱਤੇ ਜਿਹੜੀ ਝੱਗ ਜੀ ਉਹ ਤੁਹਾਡੀ ਫੋਟੋ ਪ੍ਰਿੰਟ ਹੋਈ ਹੋਊਗੀ ਜਿਵੇਂ ਉਹਦੇ ਤੇ ਕਰਦੇ ਨੇ ਕੇਕ ਦੇ ਉੱਤੇ ਬਣਾ ਦਿੰਦੇ ਨੇ ਹਾਂਜੀ ਹਰੇਕ ਚੀਜ਼ ਦੇ ਬਣਾ ਦਿੰਦੇ ਡੈਡੀ ਨੇ ਖਿੱਚ ਵੀ ਦਿੱਤੀ ਹਾਂ ਬੇਟਾ ਇਹ ਚ ਦੇਖੋ ਇਹ ਚ ਲੱਗਦੀ ਆ ਵੀ ਭਰੀ ਹੋਈ ਆ ਪਰ ਡੈਡੀ ਨੇ ਖਿੱਚਤੀ ਬੇਟਾ ਇਹ ਛੋਟਾ ਗਲਾਸ ਸੀਗਾ ਬਾਹਰ ਤਾਂ ਐਡਾ ਬੜਾ ਪੀਂਦੇ ਹੁੰਦੇ ਸੀ ਉਹ ਤਾਂ ਵੱਡਾ ਗਲਾਸ ਉਹ ਵੱਡਾ ਗਲਾਸ ਇਹ ਡੁੱਲ ਵੀ ਗਈ ਸੀ ਡੈਡੀ ਰਾਜਦੀਪ ਦੇ ਰਿਐਕਸ਼ਨ ਦੇਖ ਲੈ ਇਹ ਦੋਨੇ ਮਕਾ ਸਕਦੇ ਅੱਜ ਨੱਕ ਮਾਰ ਕੇ ਮਕਾ ਲਈ ਮੈਂ ਤਾਂ ਮਕਾਈ ਲਈ ਮਕਾ ਵੀ ਦਿੱਤੇ ਮੈਂ ਮਾਰੀ ਰਹੀ ਮੈਂ ਤਾਂ ਥੱਲੇ ਚਾਕਲੇਟ ਉਹਨੂੰ ਲਾ ਕੇ ਪੀਣੀ ਹਾਂ ਤੇ ਕਿੰਨੇ ਚਾਕਲੇਟ ਪਏ ਚਮਚੇ ਪਾਪਾ ਦਾ ਵੀ ਥੱਲੇ ਗਏ ਪਏ ਨੇ ਸਾਰੇ ਪਾਪਾ ਨੇ ਕਿਹੜਾ ਖਾਧੇ ਪੀਤੇ ਨੇ
ਨਹੀਂ ਨਹੀਂ ਰਾਜਦੀਪ ਫਿਰ ਵੀਡੀਓ 'ਚ ਸਾਰੇ ਜਾਣੇ ਕਹਿਣਗੇ ਭਾਂਡੇ ਚੜਦਾ ਸਾਰੇ ਭਾਂਡੇ ਇਕੱਠੇ ਕਰਕੇ ਚੱਟਣ ਨੂੰ ਦੇ ਦੇ ਵਿਚਾਰੇ ਨੂੰ ਚੱਟਣ ਨੂੰ ਥੋੜੀ ਸਾਫ਼ ਕਰਦਾ ਇਹ ਗਲਾਸ ਚੱਟਿਆ ਨਹੀਂ ਜਾਣੇ ਹੈਗੇ ਉਹਨਾਂ ਜੀਵ ਵਿੱਚ ਜਾਊਗੀ ਉਂਗਲੀ ਚਮਚੇ ਨਾਲ ਕਰ ਲਾ ਇਹ ਸਵਾਦ ਨਹੀਂ ਖਾਣਾ ਮਿੱਠੇ ਹਾਂ ਮਿੱਠਾ ਹਾਂ ਮਿੱਠਾ ਇਹ ਸਵਾਦ ਲੱਗਿਆ ਆ ਵਧੀਆ ਕਿਉਂ ਇਹ ਮੂੰਹ ਮਿੱਠਾ ਕਰ ਲਈ ਪਿੱਛੇ ਰੱਖਿਆ ਸੀ ਆਪਾਂ ਨੇ ਗੋਰੇ ਪੁਰਾਣੇ ਕਾਫੀ ਨੀ ਮੰਨਦੇ ਕਹਿੰਦੇ ਕਾਫੀ ਤਾਂ ਕੌੜੀ ਹੁੰਦੀ ਹੈ ਸਿੱਧੀ ਕੱਲੀ ਕਾਫੀ ਪੀਂਦੇ ਕੌੜੀ ਪੀਂਦੇ ਰਵੀ ਇੰਨੀ ਕੌੜੀ ਤਾਂ ਔਖੀ ਆ ਜਦ ਮੈਂ ਨੌਕਰੀ ਕਰਦਾ ਸੀਗਾ ਹਾਂਜੀ ਫੌਜ ਚੋਂ ਕੇਰਲ ਆਂਧਰਾ ਦੇ ਮੇਰੇ ਦੋਸਤ ਜੀ ਤੇ ਜਿੱਥੇ ਕਾਫੀ ਬਣਦੀ ਆ ਹਾਂਜੀ ਉਹਨਾਂ ਨੇ ਮੈਨੂੰ ਕੌਫੀ ਘਰੋਂ ਪੀ ਸੀ ਯੂ ਲਿਆ ਕੇ ਦੇਣੀ ਜਿਵੇਂ ਆਪਾਂ ਚੌਲ ਕਢਾ ਲੈਂਦੇ ਹਾਂ ਆਟਾ ਪਿਸਾ ਲੈਂਦੇ ਹਾਂ ਮੈਂ ਇੰਨੇ ਇੰਨੀ ਲੈ ਕੇ ਆਉਣੀ ਨਾਲੇ ਕੇਲੇ ਦੇ ਚਿਪਸ ਉਹ ਤੁਹਾਨੂੰ ਬਹੁਤ ਖੜਾਏ ਨੇ ਮੈਂ ਕੌਫੀ ਵੀ ਪਿਓਰ ਲਿਆਉਂਦਾ ਰਿਹਾ ਉਹ ਜਿਹੜੇ ਪੁਰਾਣੇ ਫਾਰ ਕਈ ਗੋਰੇ ਨੇ ਉਹ ਕਹਿੰਦੇ ਵੀ ਇਹ ਤਾਂ ਅੱਜ ਕੱਲ੍ਹ ਤਾਂ ਮਿੱਠਾ ਸਵਾਦ ਬਣਾਈ ਜਾਂਦਾ ਇੰਨੇ ਫਲੇਵਰ ਕਹਿੰਦੇ ਕੌਫੀ ਤਾਂ ਸਿੱਧੀ ਹੁੰਦੀ ਆ ਪਾਣੀ ਦੇ ਵਿੱਚ ਕੌਫੀ ਸਿੱਟੋ ਉਹ ਪੀਓ ਕਹਿੰਦੇ ਜਿਹੜੇ ਜੇ ਕੋਈ ਕੇਰਲ ਆਂਧਰਾ ਜਾਂਦਾ ਜ਼ਰੂਰ ਕੌਫੀ ਲੈ ਕੇ ਆਓ ਘਰ ਦੀ ਪੀ ਸੀ ਉਹਨੂੰ ਪੁੱਛਦਾ ਤੇਰੀ ਮੰਮੀ ਨੂੰ ਬਹੁਤ ਮੁੱਕੀ ਨੀ ਗੁਰਤੇਜ ਬਹੁਤ ਕੌੜੀ ਕਾਫੀ ਪੀਂਦਾ ਉਹ ਬਾਹਰਲੇ ਪੀਂਦੀ ਨੇ ਉਹਨੂੰ ਸਵਾਦ ਨਹੀਂ ਲੱਗਦੀ ਆ ਬਹੁਤ ਕੌੜੀ ਸਾਰੀ ਸਾਰੀ ਰਾਤ ਜਾਗ ਕੇ ਜਦ ਪੜਨਾ ਮੈਨੂੰ ਤਾਂ ਉਹਦੀ ਸਮੈਲ ਹੀ ਨਹੀਂ ਸੀ ਜਾਂਦੀ ਹੁੰਦੀ ਸਾਰਾ ਸਾਰਾ ਦਿਨ ਉੱਥੋਂ ਜਿੱਥੇ ਵੀ ਜਿਹੜੀ ਡੈਡੀ ਲੈ ਕੇ ਆਉਂਦੇ ਹੁੰਦੇ ਸੀ ਕੇਰਲਾ ਤੋਂ ਹਨਾ ਉਹ ਕੌੜੀ ਨਹੀਂ ਹੁੰਦੀ ਸੀ ਜੀ ਇਹਦੇ ਨਾਲ ਨਹੀਂ ਹੁੰਦੀ ਤਾਂ ਕੌੜੀ ਆ ਬਹੁਤ ਹੁੰਦੀ ਤਾਂ ਘੱਟ ਪੈਂਦੀ ਆ ਮਿੱਠਾ ਪਾ ਕੇ ਪਿਓਰ ਸੀ ਉਹ ਜਮਾ ਹੀ ਪਿਓਰ ਕਿਵੇਂ ਲੱਗੀ ਮੈਨੂੰ ਰਾਜ ਤਾਂ ਥੋੜਾ ਕੱਚਾ ਜਿਹਾ ਹੀ ਹੋ ਗਿਆ ਕਾਫੀ ਪੀ ਕੇ ਥੋੜੀ ਠੰਡੀ ਹੋਰ ਹੁੰਦੀ ਫਿਰ ਬਾਣੀ ਬਦਲ ਬਾਣੀ ਠੰਡੀ ਸੀ ਪੁੱਤ ਫਿਰ ਵਾਪਸ ਮਿਲ ਗਈ ਰਾਜਦੀਪ ਸਿੰਘ ਸਾਡੇ ਦੁੱਧ ਦਾ ਗਲਾਸ ਵੀ ਖਰਾਬ ਕਰਤਾ ਤੇ ਰਾਜਦੀਪ ਕਹਿੰਦੇ ਮਿੱਠੀਆਂ ਗੁਲਾਬ ਜਾਮਣਾ ਖਵਾਈਆਂ ਸੀ ਅੱਜ ਮੂੰਹ ਕੌੜਾ ਕਰਾਇਆ ਤੇ ਕੌੜਾ ਵੀ ਤਾਂ ਚਾਹੀਦਾ ਬੈਲੈਂਸ ਕਰਨਾ ਬੈਲੈਂਸ ਕਹਿੰਦੇ ਮਿੱਠਾ ਜਾਵੇ ਕਿ ਨਾਲੇ ਚਾਕਲੇਟ ਖਾਈ ਜਿੰਦਾ ਨਾਲ ਨਾ ਸਪਲਾਈ ਜਾਂਦਾ ਕਾਦੀ ਗੋਲੀ ਵਰਗਾ ਲੱਗ ਰਿਹਾ ਚਾਕਲੇਟ ਨਹੀਂ ਗੋਲੀ ਵਰਗਾ ਲੱਗ ਰਿਹਾ ਕਹਿੰਦਾ ਕਿਸੇ ਗੋਲੀ ਦਾ ਟੇਸਟ ਆ ਰਿਹਾ ਮੈਨੂੰ ਚਾਕਲੇਟ ਤੇ ਵਿਟਾਮਿਨ ਸੀ ਵਾਲੀ ਨਹੀਂ ਸੀ ਹਾਂ ਲੈਂਦੀ ਸੀ ਉਹਦਾ ਟੇਸਟ ਆ ਤੇ ਰਾਜਦੀਪ ਤੂੰ ਕਹੇਗਾ ਬਾਕੀਆਂ ਨੂੰ ਵੀ ਬਣਾ ਕੇ ਪੀਓ ਕਾਫੀ ਕਿ ਨਹੀਂ ਰਾਜਦੀਪ ਦੀ ਤਾਂ ਨਹੀਂ ਆ ਜਿਹੜਾ ਤਕੜਾ ਉਹ ਪੀਏ ਪ੍ਰਸ਼ਾਦਾ ਪਾਣੀ ਖਾਣਗੇ ਮਾੜਾ ਮੋਟਾ ਜਿਹੜਾ ਖਾਣਾ ਹੋਊਗਾ ਰਾਜੀ ਨੂੰ ਤਾਂ ਮੇਲਾ ਦਾ ਖਾ ਲਿਆ ਮਿਲਾਂਗੇ ਆਪਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ।